अस्सलाम वालेकुम दोस्तों, क्या हाल है? तबीयत सब ठीक है? मैं हम अम्मा नासिर तुसरे दे पर मेरा यूट्यूब चैनल नासिर सोल की कपड़े मेरे हाथ दे पर ए मैं हुन दहा ते पावणे क्यों पावणे क्यों के आज जुम्मातुल मुबारक है। तुम पता ते है जुम्मा से पढ़ना होंदा नाल में ते बस टाइम थोड़ा थोड़ा है पिया ते बस मैं दहा धोते ते जुम्मे दी तैयारी करे ना ते बस जुम्मा पढ़दे ते वाला मौजा ते वीडियो शुरू करने तो पहले मेरे चैनल को सब्सक्राइब कर के ना ते वाल शुरू करे ने चलो जल्दी कर, मैं जरा 5 मिनट लैसा, 5-6 मिनट जल्दी यार मिनट मार। अच्छा सब तो पहले दोस्तों तो ना जुम्मा वीडियो को लाइक नहीं कर रहे ना सब्सक्राइब करें ना वीडियो में कमेंट किया करो, लाइक किया करो, अच्छे लगे दसा करो भी अच्छी लगती पे नहीं लगती पे बना उस हिसाब ना वीडियो बनाना है। ये सारा किचन है ना सफाई करने वाली है कोई ਜਿਹੜੇ ਕੁਝ ਮੈਂ ਪਾਣ 'ਤੇ ਆਸੂ ਅਤੇ ਉਸ ਬਾਅਦ ਜਿਹੜਾ ਨਾ ਸਾਰੇ ਦੀ ਸਫਾਈ ਕਰ ਰਹੇ ਸੂ, ਸਾਰਾ ਗੰਦ ਵਜਿਆ ਪਈ। ਇਹ ਬਾਕੀ ਜਿਹੜਾ ਰੂਮ ਹੈ ਇਹਦੀ ਵੀ ਸਫਾਈ ਕਰ ਰਹੇ ਸੂ ਅਤੇ ਹਾਲੇ ਵਾਸ਼ਰੂਮ ਦੇ ਵਿੱਚ ਜਿਹੜਾ ਨਾ ਹਾਂਜੀ ਖਾਲੇ ਉਹ ਦਾਂਦਾ ਪੀ ਹੈ ਨਾ ਜੁੱਤੀ ਚੈੱਕ ਕਰੋ, ਜੁੱਤੀ ਮੇਰੀ ਐਸੀ ਹੈ ਨਾ ਇਹ ਜਰਾ ਪੋਰਚ ਮਾਰੋ ਅਤੇ ਆਪਣੇ ਆਪ ਚਮਕ ਚਮਕ ਆਵੇ ਜੀ। ਬਸ ਜਿਹੜਾ ਨਾ ਟਾਈਮ ਹੁਣ ਨੇੜੇ ਹੋਇਆ ਖੜਾ ਚਲਦੇ ਹਾਂ ਜਮ੍ਹਾਂ ਕਰਦੇ ਹਾਂ, ਜਮ੍ਹਾਂ ਤੋਂ ਬਾਅਦ ਜਿਹੜਾ ਹੋ ਸੀ ਉਹ ਤੁਹਾਨੂੰ ਸਾਰਾ ਦਿਖਾਇਆ ਹੋਇਆ ਸੀ ਇਸੀ ਵੀਡੀਓ ਦੇ ਵਿੱਚ, ਵੀਡੀਓ ਤੁਸੀਂ ਪੂਰੀ ਦੇਖਣੀ ਹੈ ਤਾਂ ਕਿ ਤੁਹਾਨੂੰ ਅਸੀਂ ਨਾ ਕੁਛ ਮਜ਼ਾ ਹੀ ਆਵੇ। ਸਮਝੀ ਮਾਰਨ ਦੀ ਜ਼ਰੂਰਤ ਹੀ ਕਹਿ ਰਹੇ ਵਾਹ ਵਧੇ ਨਹੀਂ ਤੁਸੀਂ ਪਏ ਯਾਰ, ਮੈਂ ਤਾਂ ਜਲਦੀ ਵਧੇ ਥੀ ਮੈਨੂੰ ਤਾਂ ਘਰ ਥੀਂਦੇ ਨਹੀਂ ਪਿਆ, ਪਤਾ ਨਹੀਂ ਕੀ ਮਸਲਾ ਅਤੇ ਤੁਸਾਂ ਦੱਸੋ ਵੀ ਕੀ ਸ਼ਕਤੀ ਕਿਹੜੀ ਚੀਜ਼ ਹਾਲਾਂਕਿ ਮੈਂ ਸ਼ੈਂਪੂ ਹੀ ਇਸਤੇਮਾਲ ਜਾਂ ਨਹੀਂ ਲੈਂਦਾ ਤਾਂ ਖੜਾ ਥੋੜ੍ਹੀ ਬਾਤ, ਤੁਸਾਂ ਦੱਸੋ ਵੀ ਜਲਦੀ ਕਿਵੇਂ ਵਾਪਸ ਵੱਡੇ ਹੋ ਸਕਦੇ ਜ਼ਰੂਰ ਕਮੈਂਟ ਬੋਕਸ ਤੁਸੀਂ ਦੱਸਣਾ। ਅਤੇ ਜਰਾ ਜਗ੍ਹਾ ਚੈੱਕ ਕਰੋ ਮਾਸ਼ਾਅੱਲਾ, ਇਹ ਜਿਹੜੀ ਸਾਨੂੰ ਰਿਹਾਇਸ਼ ਇਹਦਾ ਹੀ ਵੀ ਨਹੀਂ ਮਿਲਦੀ, ਇਹ ਸਾਡੇ ਇੱਥੇ ਤਕਰੀਬਨ ਹਫ਼ਤੇ ਦਾ ਜਾਂ ਬਸ ਵੱਧ ਤੋਂ ਵੱਧ 5-4 ਦਿਨ ਦਾ ਕੰਮ ਕਰਿਆ, ਬਸ ਉਸ ਤੋਂ ਬਾਅਦ ਅਸਾਂ ਅੱਗਾਂ ਵੈਸੇ ਲੱਗੇ ਅੱਗੋਂ ਪਤਾ ਨਹੀਂ ਕੀ ਨਸੀਬ ਮੈਂ ਰਿਹਾਇਸ਼ ਹੋ ਸੀ ਕਿ ਮੈਂ ਸਾਡਾ ਕੰਮ ਹੋਣ ਦੇ ਮੌਸੀ ਕੋਈ ਪਤਾ ਕਹਿ ਨਹੀਂ, ਬੜਾ ਵੇਖਿਆ ਹਾਲੇ ਫਿਲਹਾਲ ਤਾਂ ਮੌਜ ਵਿੱਚ ਹੈ। ਅਸਾਂ ਕਹਿੰਦੇ ਪਏ ਹੁਣ ਜੁੰਮਾ ਅਤੇ ਰਵਾਨਗਾ ਹੁੰਦੀ ਪਈ ਹੈ ਸਾਰੀ ਬਹਿ ਕੇ ਦਿਨ ਜੁਮੇ ਤੇ ਅਸਾਂ ਵਹਿੰਦੇ ਪਏ, ਤੁਸਾਂ ਵੀ ਜੁਮਾ ਭਾਗ ਲਓ 70 ਕਿਲੋ ਤੱਕ ਬੁਲਾ ਕੇ ਚਾਉਣੇ ਦੀ ਇਹ ਨਾ ਸਭਈ ਉਹ ਕੰਮ ਕਰਨਾ, ਇਹ ਜਿਹੜੇ ਬੁਲਾਕ ਜਿਹੜੇ ਡੱਠੇ ਪੈਣ ਕੱਲ ਮਸ਼ੀਨ ਸੱਟ ਗਈ ਹੈ, ਇਹ ਅਸਾਂ ਯਾਨੀ ਤਬਲੀ ਲਾਉਣੀ ਇਹਨੂੰ ਖੁੰਝਣਾ ਇਹਨੂੰ ਯਾਨੀ ਖਿੜਕਣਾ ਇਕੱਠਾ ਕਰ ਦਿੰਦੇ ਇਹ ਤੇ ਯਾਦ ਰੱਖ, ਇਹ ਵੀ ਅਸਾਂ ਲੈਣੇ ਜਿਹੜੇ ਲੱਗੇ ਪੈਣ ਦੇਖੋ ਇਹ ਡਿਜ਼ਾਇਨ ਹੈ ਯਾਨੀ ਕਿ ਬਾਰੋ ਬਾਰੋ ਕੀਲੀ ਲੱਗੀ ਪਈ ਹੈ ਵਿੱਚ ਜਿਹੜੀ ਕਾਲੀ ਲੱਗੀ ਪਈ ਹੈ। ਅਸਾਂ ਉਹਨਾਂ ਦੇ ਭੈਣ ਜੁੰਮੇ ਪੜਨ ਅਤੇ ਉੱਥੇ ਵਾਈਨ ਤਾਂ ਤੁਹਾਨੂੰ ਪਤਾ ਨਹੀਂ ਅੰਦਰ ਮੁੰਡੀ ਖਾਵਣ ਦੇ ਸਣੀ ਕੋਈ ਨਾ ਮੱਸੇ ਤੁਹਾਨੂੰ ਵੀ ਕਹਿ ਸਕਦਾ ਇਹ ਇਹ ਜਿਹੜੇ ਬੁਲਾਕ ਡਿੱਠੇ ਪੈਣ ਨਾ ਇਹ ਅਸਾਂ ਯਾਨੀ ਕੁੰਝ ਕੇ ਰੱਖਣੇ ਨੇ, ਫਿਰ ਬੰਦੇ ਕਿਤਨੇ ਕੁੰਝਣੇ ਨੇ 200 ਅਤੇ 40 ਠੀਕ ਹੈ, ਇਹ ਤਕਰੀਬਨ 80 ਕਿਲੋ ਦਾ ਇੱਕ ਬਲੋਕ ਹੈ ਜਿਹੜਾ ਇਹ, ਫਿਰ ਬੰਦੇ 140 ਗੁੰਜਣੇ ਅਤੇ ਉਦਾਂ ਦਿਹਾੜੀ ਪੂਰੀ ਹੋ ਸੀ ਅਤੇ ਬਾਈ ਹੋਰੀ ਵੱਲ ਜਲੇ ਚਾਹੁੰਦੇ ਵਧਾ ਸਰ ਮੈਂ ਤੁਹਾਨੂੰ ਦਿਖਾਇਆ ਸਹੀ ਅਗਲੀ ਵੀਡੀਓ 'ਚ
ਉਹ ਤੁਹਾਨੂੰ ਮਸਜਿਦ ਨਜ਼ਰ ਆਉਂਦੀ ਪਈ ਹੈ ਸਾਹਮਣੇ, ਉਹ ਮੀਨਾਰ ਦਾ ਪਹਾੜੀ ਪਰ ਖੜੇ ਇੱਕ ਵਾਰ ਛਾਪ ਕੰਮ ਸਾਰੇ ਬੰਦ ਹੋਏ ਪੈਣ, ਬਾਹਰ ਛਾਪਾਂ ਸਾਰੀਆਂ ਖਤਮ ਹੋਈਆਂ ਪਈਆਂ, ਸੁਣ ਸੁਣਾਉਣ ਹੋਈ ਪਈ ਹੈ ਕਈ ਵਾਰ ਛਾਪ ਆਈ ਪੈਣ ਜ਼ਮਾਨੇ, ਲੇਕਿਨ ਹਰ ਚੀਜ਼ ਖਤਮ ਹੋਈ ਪਈ ਬੰਦ ਹੈ। ਇਹ ਟੈਂਕ ਵੀ ਇਹ ਖਤਮ ਹੋ ਗਈ, ਕੰਮ ਬੰਦ ਹੋਏ ਪੈਣ ਬਿਲਕੁਲ ਇੱਥੇ। ਆਵਾਜ਼ ਤਾਂ ਆਉਂਦੀ ਪਈ ਉਸ ਮੱਥੇ, ਪਹਾੜ ਨਜ਼ਰ ਆਉਂਦੇ ਫਿਰ ਸਾਹਮਣੇ, ਬਹਿ ਤਾਂ ਕਹਿ ਨਹੀਂ ਆਇਆ ਹਲਕਾ ਨਾ ਚਾਤਾ, ਉਹ ਅੱਜ ਫੜਦਾ ਹੀ ਨਹੀਂ ਗੱਲ। ਇਹ ਤਕਰੀਰ ਆਉਂਦੀ ਪਈ, ਯਾਨੀ ਕਿ ਪਤਾ ਸਾਨੂੰ ਕਹਿਦਾ ਹੀ ਨਹੀਂ ਲੱਗਦਾ, ਮੈਂ ਤਾਂ ਬਾਬੂ ਪੈ ਰਹੀ ਹੈ ਜੱਟ ਬਸ ਫਰਜ਼ ਪੜ ਲੈ ਤਾਂ ਸੁਣ ਤਾਂ ਪੜ ਲੱਗਾ, ਬਾਕੀ ਤਕਰੀਰ ਤੋਂ ਫਿਰ ਉਹਦਾ ਸਾਨੂੰ ਨਹੀਂ ਪਤਾ ਲੱਗਦਾ ਕਿ ਬਿਆਨ ਹੋਣਾ ਪੀਰ ਕੇ ਨਹੀਂ ਹੋਣਾ। ਅਰਬੀ 'ਚ ਕਰੇ ਨਾ ਤਕਰੀਰ, ਗੱਡੀਆਂ ਖੜੀਆਂ ਸਾਊਦੀ ਦੀ ਗੱਡੀਆਂ ਖੜੀਆਂ, ਅਤੇ ਜੁੰਮਾ ਪੜਾ ਨਾ ਜਾਂਦੇ ਜੁੰਮਾ ਪੜਾ, ਪਰ ਪਹਾੜ ਹੈ ਸਾਹਮਣੇ ਪੈ ਇਹ ਮਸਜਿਦ, ਅਤੇ ਅੰਦਰ ਜਿਹੜਾ ਨਾ ਉਹ ਮੋਬਾਈਲ ਨਹੀਂ ਲਿਆ, ਤਾਂ ਮੰਜੂਰੀ ਦਿੱਤਾ ਮੋਬਾਈਲ ਮੈਂ ਬੰਦ ਕਰ ਲਿਆ, ਗੱਡੀਆਂ ਮੋਬਾਈਲ ਮੈਂ ਬੰਦ ਕਰ ਲਿਆ ਸਾਂ, ਅੰਦਰ ਕੈਮਰਾ ਨਹੀਂ ਚਲਾਉਣੇ ਦੇ ਸਾਊਦੀ ਜਿਹੜਾ, ਬਸ ਹਾਂ ਬਸ ਭਰੇ ਨੇ ਬਸ ਘਰ ਨਮਾਜ਼ ਪੜ੍ਹਦੇ ਨੇ, ਨਮਾਜ਼ ਬਾਅਦ ਵੱਲ ਮਿਲਦੇ, ਇਹ ਜਿਹੜੀ ਜਗ੍ਹਾ ਹੈ ਇਹ ਬਸ ਉਤਰਾਵੀ ਇਹ ਬਸ ਉਕਰੇ ਨੇ ਇੱਥੇ ਬਸ ਉਕਾਰਦੇ ਅਤੇ ਬਸ ਨਮਾਜ਼ ਪੜ੍ਹਦੇ ਉਸ ਬਾਅਦ ਮਿਲਦੇ, ਮਸਜਿਦ ਹੈ ਅਸਲ ਜਿਹੜੇ ਨਾ ਅੰਦਰ ਵੜਦੇ ਪਏ ਉਹ ਸਾਉਣੇ ਪੈਂਦੇ ਪਏ ਬੰਦੇ, ਇੱਥੋਂ ਅੰਦਰ ਵੜਦੇ ਸੀ ਅਤੇ ਜੁੰਮਾ ਪੜ੍ਹ ਸੋ ਵੱਲ ਜੁੰਮੇ ਤੋਂ ਬਾਅਦ ਇਨਸ਼ਾ ਅੱਲਾ ਮਿਲਦੇ, ਠੀਕ ਹੈ ਜੁੱਤੀ ਪਾ ਤੇ ਪੈਂਦੇ ਪਏ ਇਹ ਮਸਜਿਦ ਪਾ ਕੇ, ਇਹ ਮਸਜਿਦ ਪਾ ਕੇ ਬਣਾ ਲੈਣਾ ਹੈ, ਉਸ ਤੋਂ ਬਾਅਦ ਇਹਦੇ ਕੇ ਸਾਰਾ ਗੰਦ ਵਜਾ ਕੇ ਇਹਦੇ ਸਫਾਈ ਕਰ ਲਉ, ਸਫਾਈ ਕਰ ਸਾਫ ਸੁਥਰਾ ਹੋ ਗਿਆ ਜਿਵੇਂ ਕਿਵੇਂ ਨਾ ਜੁੰਮਾ ਪਾੜ ਕੇ ਤਾਂ ਆ ਗਏ, ਲੇਕਿਨ ਮੈਂ ਦਰਵਾਜ਼ਾ ਪਹਿਲਾਂ ਬੰਦ ਕਰ ਲਵਾਂ ਅਤੇ ਹੁਣ ਜ਼ਰਾ ਸੁਣਦੇ ਹਾਂ ਕਿ ਅੱਧਾ ਘੰਟਾ ਪਾਉਣਾ ਹੈ, ਘੰਟਾ ਅੱਧਾ ਘੰਟਾ ਸਾਹਮਣੇ ਨਾ, ਉਸ ਤੋਂ ਬਾਅਦ ਮੈਂ ਕੱਪੜੇ ਛੱਪੜੇ ਦੋਣੇ ਕਿਉਂਕਿ ਉਹਨਾਂ ਪਿੰਡ ਸਕੇ ਰੋਟੀ ਛੱਲਣੇ ਰੋਟੀ ਦਾ ਇੰਤਜ਼ਾਮ ਕਰਨ। ਅੱਛਾ ਇਹ ਮੈਂ ਨਾ ਸਰਫ ਮੇਰੇ ਹੱਥ 'ਤੇ ਇੱਕ ਉਹ ਆਇਸ ਕ੍ਰੀਮ ਖਾਣ ਵਾਲੀ, ਮੈਨੂੰ 3000 ਵਿੱਚ ਮਿਲੀ ਟੋਟਲ, ਇਹ ਦੁੱਧੇ ਇਹ ਇੱਥੋਂ ਪਤਾ ਕਿੱਦਾਂ ਦਾ ਮਿਲਦਾ ਹੈ, ਵੱਧ ਤੋਂ ਵੱਧ ਮੇਰੇ ਖਿਆਲ ਦਾ 6000 ਦਾ, ਉਸ ਇਹ ਦੁੱਧ ਦਾ ਪੈਕਟ ਪੂਰਾ ਇਹ 6000 ਦਾ ਮਿਲਦਾ, ਊਂ ਦੇਖੋ ਤਾਂ ਸਸਤਾ ਹੈ ਅਤੇ ਊਂ ਦੇਖੋ ਤਾਂ ਬਸ ਪਾਕਿਸਤਾਨ ਦੀ ਜ਼ਰਾ ਮਾਰੋ ਨਾ ਪਾਕਿਸਤਾਨ ਦੀ ਅਤੇ ਵੱਲ ਕੰਮ ਪਾਉਂਦਾ, ਨਾ ਮਾਰੂ ਤਾਂ ਵੱਲ ਸਸਤਾ ਹੈ। ਜਦੋਂ ਮੈਂ ਸਰਫ ਵਗੈਰਾ ਲੈ ਕੱਪੜੇ ਦਬਾਉਣਾ ਸੀ ਉਹ ਮੈਨੂੰ ਮਿਲਣਾ ਡੂਰ ਪੈਦਾ, ਅਤੇ ਊਂ ਦੇਖੋ ਤਾਂ ਤਕਰੀਬਨ 150 ਰੁਪਏ ਦਾ ਮੈਨੂੰ ਪੀ, ਮੈਨੂੰ ਪਾਕਿਸਤਾਨ ਦਾ ਦੇਖੋ ਨਾ 150 ਰੁਪਏ ਦਾ ਪੀ। ਅੱਛਾ ਇੱਥੇ ਨਹੀਂ ਆ ਗਈ, ਚੈੱਕ ਕਰ ਰਹਾ ਕਿਵੇਂ ਦਾਣੇਦਾਰ ਮੋਟੀ ਮੋਟੀ ਹੈ, ਇਹ ਪੱਤੀ ਹੋਰ ਕੁਛ ਪਈ ਤਾਂ ਨਹੀਂ ਤਬਦੀਲਣਾ ਸ਼ਾਇਦ ਬਣਿਆ ਨਹੀਂ ਬੱਤ, ਇਹ ਪਿਸਤੌਲ ਬਲਾ ਕੇ ਸ਼ਾਂਤ ਸੇ ਅੱਗੇ ਮੈਂ ਤੁਹਾਨੂੰ ਵੀਡੀਓ ਦਿਖਾਇਆ ਜੀ, ਉਸ ਇਹ ਬੰਦੇ ਮਾਰਨ ਵਾਲਾ ਨਹੀਂ ਇਹ ਬਾਹ ਮਾਲ ਵਾਲਾ, ਇਹ ਅੱਗ ਲਾਉਣ ਵਾਲਾ, ਹੁਣ ਦਿਖਾਇਆ ਕਿਵੇਂ ਲੱਗਦੀ ਵਾਲ ਆਨ ਕੀਤਾ, ਇਹ ਜਿਹੜੀ ਚੀਜ਼ ਜੀ ਠੀਕ ਹੈ ਚਾਹ ਪੱਕਦੀ ਪਈ ਹੈ।
ਬੰਤਾਂ ਥੀ ਗਿਆ ਮੰਨ ਲਓ ਜੀ ਬਸ ਹੁਣ 5 ਮਿੰਟ ਤਿਆਰ ਤੇ ਬਸ ਬਲ ਪੀਣੇ ਲਾਚੀਆਂ ਪਾ ਲਵਾਂ ਥੋੜ੍ਹੀ ਜਿਹੀ ਇਹ ਲਾਚੀ ਬਸ ਤਰ੍ਹਾਂ ਚਾਰ ਬੜੀ ਅਤੇ ਦੋਸਤੋ ਇਹ ਤੁਹਾਨੂੰ ਪਿਛਲੀ ਵੀਡੀਓ ਦਿਖਾਈ ਉਹ ਸੀ ਫਰਿੱਜ ਸਾਰੀ ਸਾਰੀ ਨੇ ਹੇਠੇ ਕੇ ਨਾਲ ਦੀ ਹੈ ਅਤੇ ਤਕਰੀਬਨ ਦੇਖ ਲੈ ਚੁੱਕ ਵੱਡੀ ਕੰਮ ਚਲਾਈ ਖੜੀ ਹੈ ਸਾਡਾ ਇਹ ਇਹ ਇੱਕ ਮੁਰਗੀ ਪੈਕਟ ਪਈ ਇਹ ਮੁਰਗੀ ਪਈ ਇਹ ਵੀ ਮੁਰਗੀ ਪਈ ਤਰੇ ਮੁਰਗੀਆਂ ਪਈਆਂ ਬਾਕੀ ਬਸ ਇਹੀ ਹਫ਼ਤੇ 'ਚ ਮੁਕੰਮਲ ਕਰਤੇ ਫਾਈਨਲ ਵੱਲ ਮੈਨੇ ਗਾਰ ਬਲਕਿ ਅਗਲੇ ਕੰਮ 'ਤੇ ਰਸ ਗਾਰ ਤਾਂ ਹਾਲੇ ਵੱਲ ਆਏ ਜੋ ਹੈ ਹੁਣ ਤਾਂ ਵੱਲ ਲੈ ਕੇ ਲੱਗੇ ਸਨ ਮੈਂ ਦੇ ਉੱਥੇ ਦੇਖ ਬਰਫ਼ ਜੰਮੀ ਪਈ ਅਤੇ ਮੁਰਗੀਆਂ ਜਿਹੜੀਆਂ ਨਾ ਇਹ ਪੂਰੀ ਆਉਂਦੀਆਂ ਯਾਨੀ ਪੈਕਟ ਹੁੰਦੇ ਭਾਵੇਂ ਕਿਲੋ ਦੀ ਹੋਵੇ ਅਤੇ ਭਾਵੇਂ ਚਲੀ ਜਾਵੇ ਛਿੱਲੀ ਸਾਨੂੰ ਆਪ ਨਹੀਂ ਪਾਉਂਦੀ ਸਿਰਫ ਤਾਂ ਉਹਦੇ ਵਿੱਚ ਨਾ ਇਤਨੀ ਗਹਿ ਨਹੀਂ ਬਣਾਈ ਬਣਾਉਣੀ ਸਾਨੂੰ ਆਪ ਨਹੀਂ ਪਾਉਂਦੀ ਬਸ ਹੁਣ ਉੱਤੋਂ ਛਿੱਲ ਲਹਾ ਲੈਣਾ ਬਸ ਬਾਕੀ ਸਾਨੂੰ ਆਪ ਨੂੰ ਬਣਾਉਣੀ ਪਾਉਂਦੀ ਚਾਹ ਤਿਆਰ ਆਉਂਦੀ ਕੋਈ